अस्सलामुअलैकुम जी। वालेकुम अस्सलाम जी। की हाल है सर? ठीक हो? तभी ठीक है। अल्लाह का करम, तुसी सुनाओ। हां बाजी, मालिक ने रौनक लाई है। हां मेरा पोता जी भोला। अस्सलाम वालेकुम। माशाल्लाह जी, माशाल्लाह। वालेकुम सलाम। की हाल बाजी? ठीक है बाजी, ठीक है। खैरा खैरा भोला जी, तुसी सुनाओ। अल्लाह करम है, अल्लाह का करम है, अल्लाह का। अल्लाह खैर। पोता जी मेरा। अच्छा जी। ते रीजा ना पालया पुत मैं। माशाल्लाह जी, माशाल्लाह। एडिया रोटियां खा के, एडिया गोश्त खा के, छोटा गोश्त खा के। थोड़ा जा साई है ना जी, अल्लाह मेरा पुत बहुत चंगा आया भोला। माशाल्लाह जी, माशाल्लाह। ते तुहाडे को कराई सी कटिंग। हां जी। ते फिर ओ फिर ज़ेहन चो गल ना निकली। अच्छा। ते हुण आया भोले ते भोले दिखा, आया वेखो शादी है, शादी। वाह जी वाह, विवाह कराया, विवाह। हां मुबारकां भोला जी, मुबारकां। हां गल मुबारक अब्बा, इदु नाल नहीं जाना अब्बा, नाल नहीं जाना अब्बा। हां ते गल ए है कि भोले ने ना, हां जी, परसों चौथ दा रौला पाया। अच्छा। कहंदा जी के मैं त्यार जड़ा ना जी, हाँ जी, उधर फड़ ला भा हफीज को त्यार होना। हाँ तुसी ने जी एक मेहरबानी करनी है। हाँ जी, हाँ जी। के तुसी मेहंदी ते भी तुसी त्यार करना जी। ठीक हो गया। ते बरात ते भी। ओके। भोले तू जाएगा इंज पता लगेगा जिवें सुल्तान रही जा रहे। हां नहीं बस सुल्तान रही जी। हां शाहरुख, शाहरुख, शाहरुख लगना चाहिए मेरा पुत्र। हां ए मैं अपने पुत दी हर रीज पूरी करनी है। मैं गिठा मिण मिण पालिया। अपने पैसे गटन के तेरी जेब भर देनी मैं। पैसा हां जी, हां जी, बिस्मिल्ला। आया जरा करके वेख इधर काका। ऐदा है, हां जी, सारी रोटी रात पई होनी, सो जाना मैं सारी रोटी खा लेना। भोला वेखो तो नहीं। माशाल्लाह जी, माशाल्लाह। भोला तो खिल रहा है, क्या बात है। भोले का ब्याह आपा कीता है। अच्छा जी। बड़े तगड़े घर। वाह जी वाह। भोले तू एंडी सोना वा। आवे माशाल्लाह। भोले कटिंग कुटिंग करनी? नहीं कटिंग नहीं करनी। ਵਿਆਹ ਤਾਂ ਤੁਹਾਨੂੰ ਦੱਸਿਆ ਨਾ। ਹਾਂਜੀ। ਕਿ ਤਿਆਰ ਕਰਾਉਣਾ ਇਹਨੂੰ। ਆ ਖੈਰ, ਇਹ ਮੇਰਾ ਇਦਾਂ ਤਿਆਰ ਕਰਿਓ ਕਿ ਅੱਜ ਤੱਕ ਤੁਸੀਂ ਇੰਜ ਦਾ ਲਾੜਾ ਨਾ ਤਿਆਰ ਕੀਤਾ। ਮੈਂ ਕਹਿੰਦਾ ਤੁਹਾਨੂੰ ਲੱਗੇਗਾ ਕਿ ਕਿਸੇ ਨੇ ਤਿਆਰ ਕੀਤਾ। ਸੁਭਾ ਵੀ ਬੋਲਾਂਗੇ, ਸੁਭਾ ਵੀ ਬੋਲਾਂਗੇ। ਹਾਂ ਸੁਰਮਾ ਪਾਣਾ ਮੇਰੇ ਤੇ। ਲਾਲੀ ਵੀ ਲਾਦੀ ਵੀ ਲਾਦੀ ਆ। ਹਾਂ ਤੇ ਸਾਰੀ ਜੁਗੀ ਵੀ ਲਾਦੀ ਆ। ਸਾਰਾ ਲਾੜ ਸ਼ੁਰੂ ਕਰਦਾ। ਆਏ ਆਪਾਂ ਕੋਲੇ ਦੇ ਵੇਰਾ ਕੋਲੇ ਤੇ ਇਹ ਨਾ ਭੋਲੇ ਤੇ। ਨਹੀਂ 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 ਨਹੀਂ
ਤਿਆਰ ਕਰਾਂਗਾ ਕਿ ਹਿੰਦ ਸਿੰਧ ਵੇਖੇ ਜੱਬੀ ਬਾਬੂ ਜੀ ਤੂੰ ਇੱਦਾਂ ਦਾ ਮੈਨੂੰ ਤਿਆਗ ਕਰਨਾ ਸਾਰੇ ਜਿੰਨੇ ਜਾਜੀ ਆਉਂਦੇ ਨਾ ਸਾਰਿਆਂ ਵਿੱਚ ਭੋਲਾ ਨਜ਼ਰ ਆਵੇ ਭੋਲਾ ਅੱਲਾ ਹੀ ਨਜ਼ਰ ਆਵੇ ਅੱਲਾ ਖੈਰ ਅੱਲਾ ਖੈਰ ਆਪਾਂ ਜਦੋਂ ਘੋੜੇ ਦੇ ਵਿਹਲਾ ਨਾ ਤੇ ਭੋਲੇ ਦੀਆਂ ਡੇਰਾ ਵਿਹਲਾ ਹੀ ਹੋ ਜਾਂਦੀ ਬੰਦਾ ਠੀਕ ਹੈ ਹਾਂ ਬੰਦਾ ਠੀਕ ਆ ਓਕੇ ਓਕੇ ਆ ਭਾਈ ਮੈਂ ਡਾਂ ਨਹੀਂ ਰੱਖਣਾ ਇਹ ਮੈਂ ਦੁਕਾਨ ਤੇ ਨਹੀਂ ਹੋ ਰਹਾ ਨਹੀਂ 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 ਜਦੋਂ ਇਹਨੇ ਕਿਹਾ ਨਾ ਮੈਂ ਦੁਕਾਨ ਤੇ ਹੋ ਰਹਾ ਇਹਦੀ ਮੈਂ ਬਾਤੀ ਇੱਧਰ ਆ ਨਾਈ ਹੈ ਤੇਰਾ ਉਹਨੇ ਤੈਨੂੰ ਤਿਆਰ ਕਰਨਾ ਦੇਖੋ ਕਈ ਵਾਰੀ ਬੰਦਿਆਂ ਨੂੰ ਢਾ ਕੇ ਉੱਤੇ ਬਹਿ ਜਾਂਦਾ ਫਿਰ ਮੈਂ ਸੋਟਾ ਰੱਖਿਆ ਐਡਾ ਵੱਡਾ ਉਹ ਪੰਜ ਛੇ ਸਿਰ ਚ ਮਾਰੋ ਫਿਰ ਪਤਾ ਲੱਗਦਾ ਪੰਜ ਛੇ ਸੋਟੇ ਮਾਰੋ ਤਾਂ ਇੱਕ ਅੱਧੇ ਨਾਲ ਕੁਛ ਨੀ ਹੁੰਦਾ ਤੇ ਹੁਣ ਸੋਟਾ ਕਿੱਥੇ ਘਰ ਛੱਡ ਗਿਆ ਹੈ ਨਹੀਂ ਨਹੀਂ ਸੋਟੇ ਦੀ ਹੁਣ ਲੋੜ ਨਹੀਂ ਤੂੰ ਸਾਡੇ ਭੋਲੇ ਦੀ ਬੇਇੱਜ਼ਤੀ ਕਰ ਰਿਹਾ ਨਹੀਂ 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 ਅੱਬਾ ਭੋਲੇ ਦੀ ਬੇਇੱਜ਼ਤੀ ਕਰ ਮੇਰਾ ਪੁੱਤ ਮੇਰਾ ਲਾਡਲਾ ਤੂੰ ਸੋਟੇ ਦਾ ਨਾਗ ਦੇ ਆ ਆਪਾਂ ਸੋਟੇ ਦਾ ਦਾਗ ਕਿਉਂ ਦੇ ਨਹੀਂ ਮੈਂ ਹੁਣ ਦੱਸਿਆ ਹੈ ਪੁੱਤ ਇੰਨੀ ਮੱਛੀ ਜਾਗ ਦਿੱਤੀ ਮੈਂ ਉਹ ਦੱਸ ਗੱਲ ਜਰਾ ਲਓ ਜੀ ਮੇਰਾ ਪੁੱਤ ਜਿਹੜਾ ਨਾ ਹਾਂਜੀ ਇਹ ਤੁਸੀਂ ਦੇਖੋ ਕਿ ਪਾਈਆ ਗੋਸ਼ਤ ਨਹੀਂ ਖਾਂਦਾ ਅੱਧਾ ਕਿਲੋ ਵੀ ਨਹੀਂ ਖਾਂਦਾ ਅੱਛਾ ਕਿਲੋ ਵੀ ਨਹੀਂ ਖਾਂਦਾ ਨਹੀਂ ਦੋ ਕਿਲੋ ਵੀ ਨਹੀਂ ਖਾਂਦਾ ਇਹ ਆ ਕਿ ਕੱਟੇ ਦੀ ਰਾਨ ਪੂਰੀ ਲਿਆ ਕੇ ਦੇਈਦੀ ਹੈ ਪੋਲੇ ਦੱਸ ਕਿੱਦਾਂ ਖਾਂਦਾ ਕੱਚਾ ਕਿ ਪਕਾ ਕੇ ਕੱਚਾ ਹੀ ਸਾਰਾ ਆਪੇ ਰੇੜਾ ਲਿਆਦਾ ਉਹਨੇ ਕੱਟੇ ਦੀ ਦੋ ਰਾਡਾ ਉਹਦੀ ਆ ਗਈ ਆਪੇ ਰੱਖੀ ਆਪਾਂ ਕਹਿੰਦਾ ਮੈਂ ਫਰਿੱਜ ਚ ਆ ਕੇ ਖਾ ਲਈ ਆ ਮੈਂ ਕੱਚਾ ਹੀ ਚੁੱਕਿਆ ਉਹ ਪੂਰਾ ਕੱਚਾ ਹੀ ਮੈਂ ਖਾ ਗਿਆ ਮੇਰਾ ਪੁੱਤ ਕੋਲ ਆ ਗਿਆ ਪਕਾ ਕੇ ਖਾਂਦਾ ਪਕਾ ਕੇ ਹਾਂ ਤੈਨੂੰ ਪਕਾ ਲੈ ਦਵਾਂਗੇ ਹਾਂ ਤੇ ਤੂੰ ਭਲਾ ਕਿੱਦਾਂ ਖਾਣਾ ਮੇਰਾ ਪੁੱਤ ਕੁਛ ਨੀ ਹੁੰਦਾ ਕੁਛ ਨੀ ਹੁੰਦਾ ਕੁਛ ਨੀ ਹੁੰਦਾ ਹੌਸਲਾ ਹੌਸਲਾ ਮੈਂ ਹਲੇ ਗੋਸ਼ਤ ਦੇਖਣ ਡਿਆ ਭੋਲੇ ਨੂੰ ਪੁੱਛਣ ਡਿਆ ਅੱਛਾ ਜੀ ਬਾਹਰ ਗਲੀ ਚ ਆਵਾਜ਼ ਲੱਗੀ ਕਿ ਮੱਛੀ ਵੇਚਣ ਵਾਲਾ ਆਇਆ ਮੱਛੀ ਵੇਚਣ ਵਾਲਾ ਟੋਕਰੇ ਵੱਡੇ ਤੇ ਆਈ ਵੱਡਾ ਟੋਕਰਾ ਉਹਨੇ ਤੇ ਰਹੂ ਇਸ ਕਿਸਮ ਦਾ ਕਾਲਾ ਤੇ 6-6 ਕਿਲੋ ਦਾ ਪੀਸ ਇਦਾਂ ਦੇ ਉਹਦੇ ਰੱਬ ਪਰ ਲੱਗੇ ਇਦਾਂ ਦੇ ਹਾਂ ਹਾਂ ਮੱਛੀ ਦੇ ਮੈਂ ਉਹ ਕੋ ਗਿਆ ਮੈਂ ਕਿਹਾ ਹਾਂ ਮੱਛੀ ਤਾਜ਼ਾ ਹੈ ਜਿਹਨੇ ਮੈਂ ਚੈੱਕ ਕੀਤੀ ਤਾਂ ਬਿਲਕੁਲ ਦਰਿਆਵੀ ਰਹੂ ਤੇ ਕਾਲਾ ਮੇਰੇ ਭੋਲੇ ਨੇ ਮੱਛੀ ਵਾਲੇ ਦੇ ਸਿਰ ਚ ਬੁਗਦਾ ਪਾਇਆ ਦਸ ਭੋਲੇ ਉਹਦੇ ਮੈਂ ਦੇਖਿਆ ਨਾ ਏਡੀ ਮੱਛੀ ਵਸੂਬ ਹੁੰਦੀ ਆ ਵਸੂਲ ਵਸੂਬ ਹੁੰਦੀ ਆ ਉਹਦੇ ਛਿੱਲਰ ਦੇ ਆ ਉੱਥੇ ਹੀ ਪਿਆਰ ਬੜਾ ਔਖਾ ਮੈਂ ਬਾਅਦ ਚ ਨਾ ਸਿਰ ਫੜ ਕੇ ਇੰਜ ਕੀਤਾ ਤੇ ਉੱਤੇ ਟੇਪ ਲਾਈ ਤੇ ਜ਼ਰਾ ਸਿੱਧਾ ਪੱਧਰਾ ਉੱਤੇ ਏਦਾਂ ਹੋਇਆ ਸਾਫਾ ਵੱਡਿਆ ਸੀ ਸਾਫਾ ਹਾਂ ਸਾਫਾ ਬੰਨਿਆ ਸਾਫਾ ਵੱਡਿਆ ਹਾਂ ਤੇ ਉਹ ਠੀਕ ਤਾਂ ਨੀ ਹੋਇਆ ਬੋਲਦਾ ਹੀ ਨੀ
ਮੇਰੇ ਵੱਲ ਕਿੱਦਾਂ ਆਏ ਤਿਆਰ ਕਰਨਾ ਤੁਸੀਂ ਕਿਹਨੂੰ ਤੁਸੀਂ ਰਾਏ ਸਾਹਿਬ ਤੁਸੀਂ ਤਿਆਰ ਕਰਨਾ ਜੀ ਇਹ ਆ ਕਿ ਭੋਲੇ ਕਿਹਦੇ ਕੋਲ ਤਿਆਰ ਹੋਣਾ ਇਹਦੇ ਵੀਜੇ ਕੋ ਚਾਚੇ ਵੀ ਚਾਚਾ ਤੂੰ ਮੈਨੂੰ ਕਰਦਾ ਤਿਆਰ ਤੂੰ ਉਦੋਂ ਪਿਛੀ ਵਾਲੀ ਇਹਦੇ ਚਾਚੇ ਨੇ ਮੇਰੇ ਦਾਦੀ ਦਾਈ ਇੱਦਾਂ ਕੀਤੀ ਭੋਲਾ ਬਾਹਰ ਨਿਕਲਿਆ ਲੋਕੀ ਕਹਿੰਦੇ ਭੋਲੇ ਕੀ ਹੋ ਗਿਆ लूरा जा पे है देखो नहीं नहीं लूरा को लूरा को लूरा को लूरा तुसी है ना ਐਂਜੀ ਕਰਕੇ ਗੱਲ ਕਰੀਓ ਮੈਂ ਸੁਣਨ ਡਿਆ ਵਾਂ ਹਾਂ ਅੱਗੇ ਰਹੋ ਇਹਦੇ ਅੱਛਾ ਇਹ 3 ਦਿਨ ਹਾਂਜੀ ਦੁਕਾਨ ਬੰਦ ਰਹਿਣੀ ਹੈ ਦੁਕਾਨ ਬੰਦ ਰਹਿਣ ਦੇ ਪੈਸੇ ਕਿੰਨੇ ਦੇਣੇ ਭੋਲੇ ਦੇ ਪਿਓ ਨੇ ਰੱਬੇ ਦੇ ਪੈਸੇ ਸਾਰੇ ਮੇਰੀ ਦੁਕਾਨ ਬੰਦ ਹੈ ਹਾਂਜੀ ਦੁਕਾਨ ਬੰਦ 3 ਦਿਨ ਤੁਸੀਂ ਸਾਡੇ ਕੋਲ ਹੀ ਰਹਿਣਾ ਭੋਲੇ ਦੇ ਨਾਲ ਹਾਂ ਮੇਰੇ ਨਾਲ ਸੋਣਾ ਵੀ ਮੇਰੇ ਨਾਲ ਅਬੇ ਨਾਲ ਹੀ ਸੋਣਾ ਭੋਲੇ ਦੇ ਨਾਲ ਹੀ ਸੋਣਾ ਇਹ ਦੇਖੋ ਕਿ ਅਗਰ ਤੁਹਾਡੀ 3 ਦਿਨ ਦੁਕਾਨ ਬੰਦ ਰਹਿਣੀ ਹੈ ਦੁਕਾਨਦਾਰੀ ਦਾ ਹਰਜ ਹੋਣਾ ਨਾ ਜੀ ਹਾਂਜੀ ਉਹਦੇ ਪੈਸੇ ਕਿੰਨੇ ਦੇਣੇ ਅਬੇ ਦੇ ਦੇ ਅਬੇ ਦੇ ਦੇ ਤੇ 3 ਦਿਨ ਜਿਹੜਾ ਤਿਆਰ ਕਰਨਾ ਉਹਦੇ ਪੈਸੇ ਕਿੰਨੇ ਦੇਣੇ ਅਬੇ ਦੇ ਦੇ ਅਬੇ ਦੇ ਦੇ ਆ ਮੇਰਾ ਇੱਕ ਇੱਕ ਪੋਤਾ ਅੱਲਾ ਨੇ ਮੈਨੂੰ ਦਿੱਤਾ ਮੈਂ ਆਪਣੀਆਂ ਮੈਂ ਸਾਰੀਆਂ ਰੀਝਾਂ ਆਪਣੀਆਂ ਪੂਰੀਆਂ ਕਰਨੀਆਂ ਤੂੰ ਨਹੀਂ ਕਰਨੀਆਂ ਅੱਜ ਇਦਾਂ ਹੀ ਆ ਤੂੰ ਆਪਣੀਆਂ ਰੀਝਾਂ ਹਲੇ ਲਕੋ ਕੇ ਰੱਖ 3 ਦਿਨ ਤੇਰੇ ਕੋ ਬੜੇ ਹੋਣੇ ਨੇ ਜੀ ਉਹਨਾਂ 3 ਦਿਨਾਂ 'ਚ ਇੰਨੇ ਕਮਰੇ 'ਚ ਤੈਨੂੰ ਤਿਆਰ ਵੀ ਕਰਨਾ ਹੈ ਜਿੱਦਾਂ ਦੀ ਰੀਝ ਤੂੰ ਪੂਰੀ ਕਰਨੀ ਹੋਵੇ ਉਦਾਂ ਦਾ ਜਾ ਉਦਾਂ ਦਾ ਉਦਾਂ ਦੀ ਰੀਝ ਤੂੰ ਉਦਾਂ ਦਾ ਕਰਦਾ ਤਿਆਰ ਉਦਾਂ ਦਾ ਤਿਆਰ 3 ਦਿਨ ਦਾ ਭੋਲੇ ਨੂੰ ਨਾ ਉਧਰੋਂ ਆਏ ਜਿੱਦਾਂ ਦਿਨ ਰੱਖਣੇ ਸੀਗੇ ਉਹ ਆਏ ਸਾਰੇ ਉਧਰ ਰੁਪਈਆ ਰੱਖਣ ਕਿ ਦਿਨ ਰੱਖ ਲਈਏ ਤਾਂ ਫਾਈਨਲ ਕਰ ਲਈਏ ਉਹਨਾਂ 'ਚ ਕੁੜੀ ਆਈ ਕਹਿੰਦੀ ਭਾਜੀ ਨੂੰ ਨਾ ਮੈਂ ਗਲਾਸ ਪਿਉਣਾ ਦੁੱਧ ਦਾ ਅੱਛਾ ਭਾਜੀ ਨੂੰ ਗਲਾਸ ਪਿਆ ਭਾਜੀ ਨੇ ਦੁੱਧ ਨਹੀਂ ਪੀਤਾ ਨਾਲ ਗਲਾਸ ਵੀ ਖਾ ਗਿਆ ਅੱਬਾ ਨੇ ਬਿਸ਼ਤੀ ਕਰਦਾ ਅੱਬਾ ਤੂੰ ਬਿਸ਼ਤੀ ਕਰਦਾ ਨਹੀਂ ਜੀ ਅੱਬਾ ਬਿਸ਼ਤੀ ਕਰਦਾ ਅੱਛਾ ਨਾ ਮੇਰਾ ਪੁੱਤ ਨਹੀਂ ਤੂੰ ਗਲਾਸ ਚੱਬਿਆ ਜੀ ਉਹ ਨਾ ਕਦੀ ਦੁੱਧ ਪੀ ਲਾ ਕਦੀ ਅੱਗੇ ਇੱਦਾਂ ਕਰ ਦੇਵੇ ਕਦੀ ਇੱਦਾਂ ਕਰ ਦੇਵੇ ਕਦੀ ਇੱਦਾਂ ਮੈਂ ਇੱਦਾਂ ਕਰਕੇ ਫੜਿਆ ਮੈਂ ਦੁੱਧ ਪੀਤਾ ਤੇ ਗਲਾਸ ਸਹੀ ਵੀ ਪੀ ਗਿਆ गिलास नहीं सानू पता लगदा अब्बा उधर भी दो मैं खादे सी गिलास दो दसी अब्बा तेरे चुगदी दी बहुत आदत है तू बहुते गिलास खाने लग पिया मैं तेनू दसा ये अब्बा अपरे ही आ अपरे ही आ हर हफ्ते गिलास अब्बा अपरे ही आ चलो ਛੱਡੋ ਗੱਲ ਇਹ ਮੈਂ ਕੱਚ ਖਵਾ ਖਵਾ ਕੇ ਭੋਲਾ ਪਾਲਿਆ ਹਾਂਜੀ ਕੱਚ ਕੱਚ ਜੀ ਇਦਾਂ ਇਦਾਂ ਮੈਂ ਖਾਣਾ ਜਿੱਦਾਂ ਜਲੇਬੀਆਂ ਖਾਈ ਲਿਆ ਜਲੇਬੀਆਂ ਹਾਂਜੀ ਹਾਂ ਕਾਕੇ ਕੱਚ ਖਾਦਾ ਹਾਂਜੀ ਇਹਦਾ ਵਿਆਹ ਜ਼ਰੂਰ ਕਰਨਾ ਕਿਸੇ ਕਬਾੜੀਏ ਨੂੰ ਦੇ ਦਿਓ ਭੋਲਾ ਉਹ ਤੇਈ ਭੈਣ ਬੱਬਾ ਬਨਾਈਆ ਉਹ ਬਕਾੜੀਆ ਕਹੀ ਜਾਂਦਾ ਮੈਨੂੰ ਤੈਨੂੰ ਨਹੀਂ ਕਿਹਾ ਕਬਾੜੀਆ ਉਹ ਬਕਾੜੀਆ ਕਹੀ ਉਹ ਕਹਿੰਦਾ ਆ ਕਿਸੇ ਕਬਾੜੀਏ ਕੋ ਸਮਾਨ ਵੀ ਲੈ ਆਇਆ ਕਰੋ ਇਹ ਕਹਿੰਦੇ ਬਕਾੜੀਆ ਤੇਰਾ ਨਹੀਂ ਕਿਹਾ ਤੇਰਾ ਨਹੀਂ ਕਿਹਾ ਤੇ ਹੁਣ ਤੁਸੀਂ 3 ਦਿਨ ਨਾਲ ਆ ਜੀ ਇਹਨਾਂ ਦੇ ਹਾਂ ਹਾਂ ਦੇ ਉਹ ਬੋਲਿਓ ਗਿਆ ਹੱਥਦਾ ਆ ਤੇ ਜੱਪੀ ਪਾਉਣੀ ਜੱਪਾ ਜੱਪੀ ਪਾ ਪਾਵੀ ਨਾ ਜੱਪਿਆ ਤਾਂ ਭਾਜੀ ਕੁਛ ਨਹੀਂ ਹੁੰਦਾ ਭਾਜੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜੱਪੀ ਪਾ ਦੋਸਤੀ ਕਰੋ ਦੋਸਤੀ ਕਰੋ ਦੋਸਤੀ ਕਰੋ ਬਸ ਭਾਈ ਭੋਲੇ ਭਾਈ ਭੋਲੇ ਬਸ 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 ਭਾਈ ਪਿਆਰ ਆਇਆ ਭਾਈ ਓਏ ਆਪਾਂ ਪਿਆਰ ਆਇਆ ਨਾ ਅੱਛਾ ਨਾ ਭਾਈ ਭੋਲੇ ਬਸ 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 ਕੁਛ ਨਹੀਂ ਤੇ ਪਿਆਰ ਅੱਛਾ ਕੁਛ ਨਹੀਂ ਹੁੰਦਾ ਕੁਛ ਨਵਾਂ ਲੈ ਲਾਂਗੇ ਨਵਾਂ ਲੈ ਲਾਂਗੇ ਨਵਾਂ ਲੈ ਲਾਂਗੇ ਹੁਣ ਜੀ ਤੁਸੀਂ ਕੀ ਨਾਂ ਜੀ ਇਹਨਾਂ ਦਾ ਵੀਜਾ ਵੀਜਾ ਹਾਏ ਹਾਏ ਮੇਰੇ ਪੁੱਤ ਦਾ ਨਾਈ ਮੇਰੇ ਸਾਹਮ ਦਾ ਬੱਬਰ ਸ਼ੇਰ ਦਾ ਵੀਜਾ ਹੋ ਗਈ ਭਾਈ ਭੋਲੇ ਜਾ ਜਾ ਅੰਡਾ ਆ शाहरुख गलास किन्नी देर चबदा मैं किन्ने घंटे रहना 3 घंटे वेख लो फिर जदों तुसीं कुंडी खोलनी है भोले का मूंह लहू ना भरिया होना तेरी दाल च मेरी जुत्ती फसी होनी है ਜਿਸ ਤਰ੍ਹਾਂ ਦੇ ਭਾਈ ਤੁਸੀਂ ਕੰਮ ਦੱਸਣ ਨਾ ਤੂੰ ਦੇ ਹੀ ਕਰਨਾ ਕੰਮ ਕਰਨਾ ਆ ਕਰਨਾ ਆ ਉਹਨੇ ਕਰਨਾ ਆ
कलम वड्डी छोटी रह गई मेरा हाल की करेगा तू करके दोस्ती दे काबल है ऐदा नहीं करना कोई गल नहीं करनी अंदर कमरे ना कमरे च बिल्कुल नॉर्मल भोले नूं बिठा के भाजी जिहड़ा भोला ना तुहाडा इह कोई डिस्कवरी चैनल तो नहीं बुलाओ ਉਹ ਜਿਹੜੇ ਬਾਹਰਲੇ ਫੜਦੇ ਆ ਜਾਨਵਰ ਵੱਡੇ ਵੱਡੇ ਫੜਦੇ ਆ ਉਹ ਕਿਤੇ ਫੜ ਕੇ ਇਹਦਾ ਇਹਦਾ ਸਤਿਆਨਾਸ਼ ਕਰਨਗੇ ਇਹ ਜਾਨਵਰ ਆ ਉਹ ਜਾਨਵਰ ਆ ਮੈਂ ਜਾਨਵਰ ਆ वारदात दसन डे काम कुम करना मैं वेला ही नहीं ਉਹ ਯਾਰ ਫਿਜੇ ਤੂੰ ਐਵੇਂ ਡਰੀ ਜਾਂਦਾ ਬਹੁਤਾ ਤਾਂ ਬਹੁਤਾ ਕੀ ਕਰੇਗਾ ਮੇਰਾ ਪੁੱਤ ਕੈਂਚੀ ਫੜੇਗਾ ਤੇਰੀ ਧੁਨੀ ਚ ਮਾਰ ਦੇਗਾ ਹੋਰ ਕੀ ਤੂੰ ਡੀਜੀ ਮਾਰੇਗਾ ਡਰ ਕਰਦਾ ਦੇ ਲੈ ਕੰਨ ਲਾ ਦੇਗਾ ਮੇਰਾ ਕੰਨ ਲਾ ਦੇਵੇ ਹੈ ਅੱਗੇ ਮੈਨੂੰ ਫੀਜਾ ਫੀਜਾ ਕਹਿੰਦੇ ਆ ਫਿਰ ਕਹਿਣ ਉਹ ਕੰਨ ਟੁੱਟੇ ਦੀ ਦੁਕਾਨ ਤੇ ਚੱਲੀਏ ਬੇਸ਼ੁਮਾਰ ਤੁਹਾਡੇ ਤੋਂ ਬਈ ਲੰਤੀ ਅੱਗੇ ਉਹ ਹੱਸਦੇ ਓ ਯਾਰ ਹੈਲੋ ਮੇਰਾ ਪੁੱਤ ਤਿਆਰ ਤੂੰ ਹੀ ਕਰਨਾ ਫੀਜੇ ਕਿ ਇਹ ਭਾਈ ਜੀ ਇਹਨੂੰ ਮੈਂ ਨਹੀਂ ਤਿਆਰ ਕਰ ਸਕਦਾ ਉਹ ਤੇਈ ਪਿਆ ਉਹ ਬਾਬੀ ਨੂੰ ਕਹਦਾ ਮੈਂ ਨਹੀਂ ਇਹਨੂੰ ਕਰਦਾ ਨਹੀਂ ਕਰਨਾ ਆ ਕਹਦਾ ਮੈਂ ਇਹਨੂੰ ਕਰਦਾ भोला तेरा ना ये विआह दी तैयारी ना करा इहदी अगली तैयारी करा बरात चले जानी है अच्छा ये मेरा पुत घोड़े अगे अगे होना मतलब जो हच को मारन वाली शह होनी है मैं अगे अगे होना लोग ने मेनू पूछना की होया मैं कहना भोला वैशी आ रहा है मैं अपने पुत दिया हर रीज पूरी करनी रीज तू भी अपने दिल च कोई नहीं रहने देनी अपनी ठीक है ना दूसरा गल आपा हो तेरे बिना दिया दिया कजले दिया हो पया बंद एक मेरा पुत जिम्मे रिच लाडियां कर दिया हूं आए 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 तेरिया दे बंद फैक्ट्री का जनरेटर लगन डे
मेरे पुत तेरा दांत नूं लगा कीड़ा एडा डबडा मोटा डॉक्टर लै गया उंगल ही उत्ते रखी है ते उदियां आ जिहड़ियां दो उंगलां ने भोले किधर गईयां ओ दो खा ली आ ओने एडा बुलिया की दो उंगला खा गया भाजी मैं फिशल करना है ते मुड़ के मेरे टुंड हुण मैं किवें करांगा हैं किवें फिशल करांगा तुहाडे भोले दा हैं भाई इहनूं जदों मेरे नाल छड़ना ना मैनूं इहनूं बन्न देना तुसीं संगलां दे नाल हैं ते मैनूं तुसीं हजार ला के देणे सोटी दे नाल कंघा बन्न देना हैं ते बांस दे नाल कैंची बन्न देनी है मैं ना किसे चौथे महल्ले खलो के दी कटिंग करदा रहांगा हैं ओ तेई पै पूरे खानदान च पूरे महल च अज तक किसी ने गुस्सा किया गुस्सा करता कौन नहीं 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 करता गुस्सा करता नहीं करता नहीं करता गुस्सा करता नहीं करता गुस्सा करता नहीं करता ਜਿਹੜਾ ਬਾਬਾ ਆ ਕਰੇਨੇ ਵਾਲਾ ਹਾਂ ਤੂੰ ਦੀਆਂ ਮੁੱਛਾਂ ਪੱਟਤੀਆਂ ਸੀ ਨਾ ਉਹਦੇ ਗੁੱਸਾ ਹੀ ਚਾ ਸੀ ਹਾਂ ਬੈਦਾ ਅੱਡੀਆਂ ਪੁੱਟੀਆਂ ਕੋਈ ਗੁੱਸਾ ਬੈਦੋ ਹੋ ਗਏ ਅੱਜੀ ਕੱਕ ਜੇਲ੍ਹ ਵਾ ਦੀ ਹਾਂ ਸਾਰੀਆਂ ਉਹਦੀਆਂ ਮੁੱਛਾਂ ਹੀ ਅੱਜ ਕੱਕ ਜੇਲ੍ਹ ਚ ਵਾ ਉਹ ਹਾਫ ਜਿਹਾ ਕਲੀਨ ਸ਼ੇਵ ਹੋ ਗਿਆ ਸੀਗਾ ਉਹ ਆ ਹਾਂ ਬਈ ਇਹ ਭੁੱਲਾ ਤੇ ਭਾਜੀ ਇਹਦਾ ਗੁੱਸੀ ਹੈ ਨਾ ਨਹੀਂ ਭੋਲੇ ਪਿਆਰ ਕਿਤ ਕੋਲ ਹੋਣਾ ਫੀਜੇ ਕੋ ਭਾਜੀ ਜੇ ਕੋ ਫੀਜਾ ਸਮਝ ਲਾ ਮਰ ਗਿਆ ਫੀਜਾ ਨਹੀਂ ਨਹੀਂ ਮਰਿਆ ਮਰੇਗਾ ਹਲੇ यार मैं जिदा तेनू गल दसदा ओदा पेश कर तू गलत तर्जमा क्यों करदा मैं जे सही तर्जमा करता ना मच्छी वाले दे ते होए सी दो तर्जमे ते तेरे चार हो जाने तर्जमे पागलखाने दा चौकीदार पागल तू ये पागल कहना पागल हो जाना तू तो सियाना बयाना वो पागल है कौन ये पागल है मेंटल है काम कर जाके ओनू बच्चे नु किते ब्याह व्यू ना तेनू गया लो जी बेड़ा वैर पे
ਸਹੀ ਵੀਰ